ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਇੰਡੀਆ ਸਟੱਡੀ ਗਰੁੱਪ ਵਿੱਚ। ਤਾਂ ਦੋਸਤੋ GDS ਭਰਤੀ 2019 ਪੰਜਾਬ ਦਾ ਰਿਜ਼ਲਟ ਹੋ ਚੁੱਕਿਆ ਜੀ ਡਿਕਲੇਅਰ, ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਮੈਰਿਟ ਬਾਰੇ, ਕਿਹੜੀ ਕੈਟੇਗਰੀ ਦੀ ਕਿੰਨੀ ਮੈਰਿਟ ਗਈ ਹੈ ਤੇ ਕਿੱਦਾਂ ਤੁਸੀਂ ਚੈੱਕ ਕਰ ਸਕਦੇ ਹੋ, ਸਾਰੀ ਗੱਲਬਾਤ ਤੁਹਾਨੂੰ ਸਮਝਾਵਾਂਗੇ। ਨਾਲੇ ਦੋਸਤੋ ਇਹ ਵੀ ਤੁਹਾਡਾ ਡਾਊਟ ਕਲੀਅਰ ਕਰਾਂਗੇ ਕਿ ਇੱਕੋ ਕੈਟੇਗਰੀ ਦਾ ਇੱਕ ਕੈਂਡੀਡੇਟ 89% ਨਾਲ ਸਿਲੈਕਟ ਹੁੰਦਾ ਹੈ ਤੇ ਉਸੇ ਕੈਟੇਗਰੀ ਦਾ ਕੈਂਡੀਡੇਟ ਜਿਹੜਾ ਹੈ 95% ਨਾਲ ਰਿਜੈਕਟ ਹੋ ਜਾਂਦਾ ਹੈ। ਇਸ ਦੇ ਵਿੱਚ ਕੀ ਰੀਜ਼ਨ ਹੁੰਦਾ ਹੈ, ਕੀ ਇਹਦੇ ਵਿੱਚ ਕੋਈ ਧਾਂਦਲੀ ਹੁੰਦੀ ਹੈ ਜਾਂ ਫਿਰ ਇਹਨਾਂ ਦੀ ਮੈਰਿਟ ਪ੍ਰੋਸੈਸ ਕੋਈ ਹੋਰ ਤਰ੍ਹਾਂ ਦੀ ਹੁੰਦੀ ਹੈ, ਸਾਰੀ ਗੱਲਬਾਤ ਦੋਸਤੋ ਆਪਾਂ ਕਰਾਂਗੇ। ਤੁਸੀਂ ਵੀਡੀਓ ਨੂੰ ਆਰਾਮ ਨਾਲ ਦੇਖਿਓ। ਤਾਂ ਪਹਿਲਾਂ ਦੋਸਤੋ ਤੁਹਾਡੇ ਨਾਲ ਜਿਹੜੇ ਹੈ ਮੈਰਿਟ ਸਾਂਝੀ ਕਰ ਲੈਂਦੇ ਆ, ਜਿਹੜੀ ਮੈਂ ਥੋੜਾ ਟਾਈਮ ਲਾ ਕੇ ਬਣਾਈ ਹੈ ਜੀ। ਇੱਥੇ ਸਭ ਤੋਂ ਪਹਿਲਾਂ ਗੱਲ ਕਰੀਏ ਆਪਾਂ SC ਕੈਟੇਗਰੀ ਦੀ, ਯਾਨੀ ਕਿ ਹੈਂਡੀਕੈਪਡ ਕੈਟੇਗਰੀ ਦੀ, ਤਾਂ ਇਹਨਾਂ ਦੀ ਮੈਰਿਟ ਜਿਹੜੀ ਹੈ ਸਭ ਤੋਂ ਹੇਠਾਂ ਗਈ ਹੈ ਜੀ, 79.something, ਯਾਨੀ ਕਿ ਅੱਗੇ ਹੋਰ ਡਿਜਿਟ ਹੁੰਦੇ ਆ। ਇਸ ਤੋਂ ਬਾਅਦ ਦੋਸਤੋ ਗੱਲ ਕਰੀਏ ਜੇ ਆਪਾਂ EWS ਕੈਟੇਗਰੀ ਦੀ, ਤਾਂ ਇਹਨਾਂ ਦੀ ਜਿਹੜੀ ਮੈਰਿਟ ਗਈ ਹੈ ਦੋਸਤੋ ਉਹ ਗਈ ਹੈ 80.something। ਉਸ ਤੋਂ ਬਾਅਦ ਦੋਸਤੋ ਗੱਲ ਆਉਂਦੀ ਹੈ SC ਕੈਟੇਗਰੀ ਦੀ, ਤੇ SC ਕੈਟੇਗਰੀ ਦੀ ਦੋਸਤੋ ਜਿਹੜੀ ਮੈਰਿਟ ਗਈ ਹੈ ਉਹ ਗਈ ਜੀ 87.38। ਇਨੀ ਦੋਸਤੋ SC ਕੈਟੇਗਰੀ ਦੀ ਮੈਰਿਟ ਗਈ ਹੈ। ਹੁਣ ਆ ਜਾਂਦੀ ਹੈ ਗੱਲ OBC ਦੀ ਤੇ ਜਰਨਲ ਦੀ। OBC ਦੀ ਦੋਸਤੋ ਗੱਲ ਕਰੀਏ ਆਪਾਂ ਤਾਂ 88.92 ਤੱਕ ਮੈਰਿਟ ਗਈ ਹੈ ਮਿਨੀਮਮ, ਤੇ ਜਰਨਲ ਕੈਟੇਗਰੀ ਦੋਸਤੋ ਗੱਲ ਕਰੀਏ ਮਿਨੀਮਮ ਮੈਰਿਟ ਦੀ, ਯਾਨੀ ਕਿ UR ਕੈਟੇਗਰੀ ਜਰਨਲ ਕੈਟੇਗਰੀ, ਇਹਨਾਂ ਦੀ ਦੋਸਤੋ ਜਿਹੜੀ ਮਿਨੀਮਮ ਮੈਰਿਟ ਗਈ ਹੈ ਉਹ ਗਈ ਹੈ ਜੀ 89.53। ਇੱਥੇ ਦੋਸਤੋ ਕਈ ਕੈਂਡੀਡੇਟਾਂ ਨੂੰ ਡਾਊਟ ਹੋਏਗਾ, ਉਹ ਕਹਿਣਗੇ ਸਾਡੇ 90 ਹੈ, 94 ਹੈ, ਫਿਰ ਵੀ ਸਾਡਾ ਸਿਲੈਕਸ਼ਨ ਨਹੀਂ ਹੋਇਆ, ਤੁਸੀਂ ਝੂਠ ਬੋਲਦੇ ਹੋ। ਤਾਂ ਬਈ ਵੀਡੀਓ ਨੂੰ ਆਰਾਮ ਨਾਲ ਦੇਖਦੇ ਰਹੋ, ਤੁਹਾਨੂੰ ਸਮਝਾਵਾਂਗੇ ਕਿ ਮੈਰਿਟ ਜਿਹੜੀ ਹੈ ਉਹ ਕਿੱਦਾਂ ਇਹਨਾਂ ਦੀ ਤਿਆਰ ਕੀਤੀ ਜਾਂਦੀ ਹੈ। ਬਟ ਉਸ ਤੋਂ ਪਹਿਲਾਂ ਤੁਸੀਂ ਖੁਦ ਜਿਹੜਾ ਹੈ ਕਿੱਦਾਂ ਚੈੱਕ ਕਰ ਸਕਦੇ ਹੋ ਮੈਰਿਟ, ਉਹ ਸੁਣ ਲਓ ਧਿਆਨ ਨਾਲ। ਇੱਥੇ ਜਿਹੜਾ ਸਰਚ ਬਾਰ ਦਾ ਆਪਸ਼ਨ ਤੁਹਾਨੂੰ ਸ਼ੋ ਹੋ ਰਿਹਾ ਦੋਸਤੋ, ਤੁਸੀਂ ਇਸ 'ਤੇ ਜਾ ਕੇ ਕਲਿੱਕ ਕਰਨਾ ਹੁੰਦਾ, ਤੇ ਇਸ ਤੋਂ ਬਾਅਦ ਤੁਸੀਂ ਟਾਈਪ ਕਰਨੇ ਇੱਥੇ ਪਰਸੈਂਟ। ਜਿੱਦਾਂ ਦੋਸਤੋ ਮੈਂ ਕਿਹਾ ਕਿ ਇੱਥੇ 79% ਜਿਹੜਾ ਹੈ ਉਹ ਬੰਦਾ ਸਿਲੈਕਟ ਹੋਇਆ, ਤੁਸੀਂ ਚੈੱਕ ਕਰਨ ਵਾਸਤੇ ਕਿ ਇਸ ਤੋਂ ਹੇਠਾਂ ਵੀ ਕੋਈ ਸਿਲੈਕਟ ਹੋਇਆ ਕਿ ਨਹੀਂ ਹੋਇਆ, ਤੁਸੀਂ ਘੱਟ ਪਰਸੈਂਟ ਜਿਹੜਾ ਹੈ ਲਿਖ ਕੇ ਚੈੱਕ ਕਰ ਸਕਦੇ ਹੋ। ਇੱਥੇ ਮੈਂ ਲਿਖ ਦਿੱਤੇ 78% ਵਾਸਤੇ ਦੋਸਤੋ, ਤੁਸੀਂ ਪੁਆਇੰਟ ਜ਼ਰੂਰ ਲਾ ਦਿਓ, ਫਿਰ ਇਹ ਤੁਹਾਨੂੰ ਜਿਹੜਾ ਹੈ ਇਹ ਰੋਲ ਨੰਬਰਾਂ ਵਗੈਰਾ ਦੇ ਵਿੱਚ ਲੈ ਜਾ ਕੇ ਨਹੀਂ ਘੁਸੇੜੇਗਾ, ਸਿੱਧਾ ਪਰਸੈਂਟਾਂ 'ਤੇ ਲੈ ਕੇ ਆਵੇਗਾ। ਅਤੇ ਇੱਥੇ ਦੋਸਤੋ ਤੁਸੀਂ ਦੇਖ ਸਕਦੇ ਹੋ ਕੋਈ ਵੀ ਰਿਜ਼ਲਟ ਆਪਾਂ ਨੂੰ ਸ਼ੋ ਨਹੀਂ ਹੋਇਆ, ਯਾਨੀ ਕਿ 78% ਵਾਲਾ ਕੋਈ ਵੀ ਬੰਦਾ ਇੱਥੇ ਜਿਹੜਾ ਸਿਲੈਕਟ ਨਹੀਂ ਹੋਇਆ। ਹੁਣ ਦੋਸਤੋ ਇੱਥੇ ਗੱਲ ਕਰਾਂਗੇ ਆਪਾਂ 79% ਪੁਆਇੰਟ ਜ਼ਰੂਰ ਲਾਣੇ ਦੋਸਤੋ, ਅਤੇ 79 ਦੇ ਆਪਾਂ ਨੂੰ ਦੋ ਰਿਜ਼ਲਟ ਜਿਹੜੇ ਹੈ ਉਹ ਦੇਖਣ ਨੂੰ ਮਿਲ ਜਾਂਦੇ ਆ, ਠੀਕ ਹੈ, ਦੋ ਰਿਜ਼ਲਟ ਦੇਖਣ ਨੂੰ ਮਿਲ ਜਾਂਦੇ, ਦੋ ਹੀ ਦੋਸਤੋ ਹੈਂਡੀਕੈਪਟਾਂ ਦੇ ਆ। ਅਤੇ ਇਸੇ ਤਰੀਕੇ ਨਾਲ ਤੁਸੀਂ ਜਿਹੜਾ ਹੈ ਅੱਗੇ ਅੱਗੇ ਲਿਖਦੇ ਜਾਣਾ, ਜਿਵੇਂ 80, 81, 82, ਇਸੇ ਤਰੀਕੇ ਨਾਲ ਤੁਸੀਂ ਮੈਰਿਟ ਜਿਹੜੀ ਹੈ ਚੈੱਕ ਕਰਦੇ ਜਾਣਾ, ਅਤੇ ਤੁਹਾਨੂੰ ਸਾਰੇ ਜਿੰਨੇ ਵੀ ਦੋਸਤੋ ਰਿਜ਼ਲਟ ਸ਼ੋ ਹੋਣ ਤੁਸੀਂ ਉਹਨਾਂ ਨੂੰ ਚੈੱਕ ਜ਼ਰੂਰ ਕਰ ਲਿਓ ਕਿਹੜੀ ਕਿਹੜੀ ਕੈਟੇਗਰੀ ਦਾ ਬੰਦਾ ਹੈ। ਤਾਂ ਇਹ ਤਾਂ ਗੱਲ ਹੋ ਗਈ ਦੋਸਤੋ ਮੈਰਿਟ ਚੈੱਕ ਕਰਨ ਦੀ। ਹੁਣ ਆਉਂਦੀ ਹੈ ਗੱਲ ਕਿ ਮੈਰਿਟ ਜਿਹੜੀ ਹੈ ਬਣਦੀ ਕਿੱਦਾਂ ਹੈ, ਕਿਉਂ ਇੱਕ ਕੈਂਡੀਡੇਟ ਜਿਹੜਾ ਹੈ ਉਹ 89% ਲੈ ਕੇ ਸਿਲੈਕਟ ਹੋ ਗਿਆ ਜਨਰਲ ਕੈਟੇਗਰੀ ਦਾ, ਤੇ ਕਿਉਂ ਦੂਜਾ ਬੰਦਾ 95% ਨਾਲ ਹੋ ਗਿਆ ਫੇਲ। ਤਾਂ ਗੱਲ ਸੁਣੋ ਧਿਆਨ ਨਾਲ, ਜਦੋਂ ਤੁਸੀਂ ਫੋਰਮ ਅਪਲਾਈ ਕਰਿਆ ਸੀ ਤਾਂ 5 ਪਲੇਸ ਤੁਹਾਨੂੰ ਚੂਜ਼ ਕਰਨੇ ਸੀ, ਠੀਕ ਹੈ, ਬਸ ਦੋਸਤੋ ਉੱਥੋਂ ਹੀ ਤੁਹਾਡੀ ਮੈਰਿਟ ਜਿਹੜੀ ਹੈ ਉਹ ਚੁੱਕੀ ਜਾਂਦੀ ਹੈ, ਬਾਕੀ ਪੰਜਾਬ ਦੇ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਭਾਵੇਂ ਪੰਜਾਬ ਦੇ ਵਿੱਚ ਕਿੰਨੀ ਹੀ ਮੈਰਿਟ ਜਾਵੇ, ਤੁਹਾਡੀ ਮੈਰਿਟ ਤਾਂ ਬਸ ਉਹ ਜਿਹੜੇ 5 ਸਥਾਨ ਤੁਸੀਂ ਚੂਜ਼ ਕੀਤੇ ਸੀ ਉਹੀ ਡਿਸਾਈਡ ਕਰਦੇ ਆ। ਜੇ ਉਹਨਾਂ ਦੇ ਉੱਤੇ ਦੋਸਤੋ ਤੁਹਾਡੇ ਤੋਂ ਵੱਧ ਪਰਸੈਂਟ ਵਾਲੇ ਜ਼ਿਆਦਾ ਕੈਂਡੀਡੇਟ ਅਪਲਾਈ ਕਰ ਦਿੰਦੇ ਆ ਤਾਂ ਤੁਹਾਡਾ ਚਾਂਸ ਉੱਥੇ ਖਤਮ ਹੋ ਜਾਂਦਾ। ਜੇ ਤੁਹਾਡੇ ਤੋਂ ਕਮ ਪਰਸੈਂਟ ਵਾਲੇ ਬੰਦੇ ਅਪਲਾਈ ਕਰਦੇ ਆ ਤਾਂ ਬਈ ਤੁਹਾਡਾ ਚਾਂਸ ਬਣ ਜਾਂਦਾ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ, 2 ਸਰਕਲ ਹੋ ਗਏ ਤੇ ਤੁਹਾਡੇ ਪਰਸੈਂਟ ਜਿਹੜੇ ਹੈ ਉਹ 92 ਹੈ। ਇਹ ਜੇ ਤੁਸੀਂ ਇਸ ਸਰਕਲ ਦੇ ਵਿੱਚ ਅਪਲਾਈ ਕਰਿਆ ਜਿਸ ਦੀ ਮੈਰਿਟ ਗਈ ਹੈ 89 ਮੈਕਸਿਮਮ, ਤਾਂ ਤੁਹਾਡਾ ਇੱਥੇ ਸਿਲੈਕਸ਼ਨ ਜਿਹੜਾ ਪੱਕਾ ਹੋ ਜਾਂਦਾ ਹੈ। ਜੇ ਤੁਸੀਂ ਕਰ ਦਿੱਤਾ ਇਸ ਸਰਕਲ ਦੇ ਵਿੱਚ ਅਪਲਾਈ ਜਿਸ ਦੇ ਪਰਸੈਂਟ ਜਿਹੜੇ ਹੈ 97 ਅਬਾਊ ਗਏ, ਤਾਂ ਬਈ ਇੱਥੇ ਤੁਹਾਡੇ ਸਿਲੈਕਸ਼ਨ ਦੇ ਕੋਈ ਚਾਂਸ ਨਹੀਂ ਹੁੰਦੇ। ਜੇ ਤੁਸੀਂ ਕਰਦੇ ਇੱਥੇ ਅਪਲਾਈ ਤਾਂ ਇਸ ਦੀ ਜਿਹੜੀ ਮੈਰਿਟ ਹੈ ਉਹ 92 ਕਰ ਦਿੱਤੀ ਜਾਂਦੀ ਤੇ ਤੁਹਾਡਾ ਹੋ ਜਾਂਦਾ ਸਿਲੈਕਸ਼ਨ। ਇਸ ਤਰ੍ਹਾਂ ਦੋਸਤੋ ਇਹਨਾਂ ਦੀ ਸਿਲੈਕਸ਼ਨ ਪ੍ਰੋਸੈਸ ਹੁੰਦੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਗੱਲ ਸਮਝ ਆਈ ਹੋਏਗੀ। ਜਦੋਂ ਵੀ ਦੋਸਤੋ ਨੈਕਸਟ ਈਅਰ ਤੁਸੀਂ ਅਪਲਾਈ ਕਰੋ ਤਾਂ ਇਦਾਂ ਦਾ ਸਰਕਲ ਚੂਜ਼ ਕਰਨਾ ਜਿਸ ਦੀ ਮੈਰਿਟ ਹਮੇਸ਼ਾ ਘੱਟ ਜਾਂਦੀ ਹੈ, ਠੀਕ ਹੈ, ਤਾਂ ਉੱਥੇ ਤੁਹਾਡੇ ਸਿਲੈਕਸ਼ਨ ਦੇ ਜਿਹੜੇ ਚਾਂਸ ਹੈ ਉਹ ਵੱਧ ਜਾਣਗੇ। ਜੇ ਤੁਸੀਂ ਕਰ ਦਿੱਤਾ ਕਿਸੇ ਪੋਪੂਲਰ ਸਰਕਲ ਦੇ ਵਿੱਚ ਅਪਲਾਈ ਤਾਂ ਉੱਥੇ ਤੁਹਾਡੇ ਸਿਲੈਕਸ਼ਨ ਦੇ ਚਾਂਸ ਜਿਹੜੇ ਹੈ ਬਹੁਤ ਹੀ ਘੱਟ ਹੋ ਜਾਂਦੇ ਹੈ। ਸੋ ਤੁਸੀਂ ਧਿਆਨ ਰੱਖਣਾ ਹੈ ਬਈ। ਜਿੰਨੇ ਵੀ ਕੈਂਡੀਡੇਟ ਦੋਸਤੋ ਐਤਕੀ ਵਾਰ ਸਿਲੈਕਟ ਹੋਏ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਏ ਬਈ, ਤੇ ਜਿਹੜੇ ਕੈਂਡੀਡੇਟ ਰਹਿ ਗਏ ਕੋਈ ਨਾ ਬਈ, ਅਗਲੇ ਜਿਹੜੇ ਨੈਕਸਟ ਈਅਰ ਤੁਸੀਂ ਵਧੀਆ ਸਰਕਲ ਦੇ ਵਿੱਚ ਅਪਲਾਈ ਨਾ ਕਰਿਓ, ਦੂਰ ਦਰਾਜ ਵਾਲੇ ਸਰਕਲ ਦੇ ਵਿੱਚ ਅਪਲਾਈ ਕਰਦੇ ਹੋ, ਉੱਥੇ ਤੁਹਾਡਾ ਸਿਲੈਕਸ਼ਨ ਜਿਹੜਾ ਹੈ ਉਹ ਹੋ ਜਾਏਗਾ। ਜਾਂ ਬਈ ਕਾਂਸਟੇਬਲ ਭਰਤੀ ਆਉਣ ਵਾਲੀ ਉਸ ਦੇ ਵਿੱਚ ਟਰਾਈ ਕਰਕੇ ਦੇਖ ਲਿਓ, ਉੱਥੇ ਵੀ ਸਿਲੈਕਸ਼ਨ ਜਿਹੜਾ ਹੈ ਪਰਸੈਂਟ ਬੇਸ ਹੀ ਹੁੰਦਾ, ਤਾਂ ਉੱਥੇ ਵੀ ਤੁਹਾਡੀ ਮੈਰਿਟ ਬਣ ਸਕਦੀ ਹੈ ਜੀ। ਸੋ ਇਹ ਸੀ ਇਨਫੋਰਮੇਸ਼ਨ, ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਰ ਦਿਓ, ਤੇ ਆਪਣੀ ਮੁਲਾਕਾਤ ਹੋ ਜਾਏਗੀ ਨੈਕਸਟ ਵੀਡੀਓ ਵਿੱਚ। ਉਦੋਂ ਤੱਕ ਦੇ ਲਈ ਰੱਬ ਰਾਖਾ।